ਮੇਰੀ ਕਿਤਾਬ ਆਈ ਸੀ ਅਣਜੰਮਿਆ ਬੋਟ, ਉਸ 'ਚ ਕਵਿਤਾ ਸੀ ਚੱਲ ਤੈਨੂੰ ਲੱਭਣ ਚੱਲੀਏ। ਮੈਂ ਸੂਰਜਾਂ ਤੋਂ ਸੇਕ ਲੈ ਕੇ, ਧਰਤੀ ਤੋਂ ਦੁਸ਼ਵਾਰੀ ਲੈ ਕੇ, ਜ਼ਿੰਦਗੀ ਦੀਆਂ ਬਹੁਤ ਸਾਰੇ ਰਸਤਿਆਂ ਦੇ ਵਿੱਚ ਲੜਾਈਆਂ ਲੜ ਰਿਹਾ ਵਾਂ। ਚੱਲ ਤੈਨੂੰ ਲੱਭਣ ਚੱਲੀਏ, ਤਾਰਿਆਂ ਦੀ ਛਾਵੇਂ, ਸੂਰਜ ਦੀ ਧੁੱਪੇ, ਅਸਮਾਨ ਦੇ ਉਹਨਾਂ ਸੰਦਲੀ ਪੈੜਾਂ ਦੇ ਵਿੱਚ ਪੈੜਾਂ ਰੱਖੀਏ ਅਤੇ ਤੈਨੂੰ ਲੱਭਣ ਚੱਲੀਏ। ਸੈਲਫ ਲਵ, ਸੈਲਫ ਕੇਅਰ, ਅਸੀਂ ਸਭ ਨੇ ਇਹ ਸ਼ਬਦ ਸੁਣੇ ਨੇ, ਔਰ ਮੈਨੂੰ ਲੱਗਦਾ ਕਿ ਅਸੀਂ ਬਹੁਤ ਵਾਰ ਲੋਕਾਂ ਕੋਲੋਂ ਸੁਣਿਆ ਹੋਣਾ ਕਿ ਤੂੰ ਬਹੁਤ ਸੈਲਫਿਸ਼ ਹੈ, ਜਾਂ ਫਿਰ ਇਹ ਸੁਣਿਆ ਹੋਣਾ ਕਿ ਤੂੰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦਾ, ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਜਾਂ ਹੋ ਸਕਦਾ ਕਿਸੇ ਨੇ ਇਹ ਵੀ ਕਿਹਾ ਹੋਏ ਕਿ ਤੈਨੂੰ ਇਹ ਪਤਾ ਹੀ ਨਹੀਂ ਕਿ ਆਪਣੇ ਆਪ ਨੂੰ ਪਿਆਰ ਕਿਵੇਂ ਕਰੀਦਾ। ਇਹ ਸ਼ਬਦ ਆਲੇ ਦੁਆਲੇ ਬਹੁਤ ਗੂੰਜਦੇ ਨੇ, ਇੰਟਰਨੈਟ ਮੀਡੀਆ ਦਾ ਜ਼ਮਾਨਾ ਹੈ, ਹਰ ਚੀਜ਼ ਬੜੀ ਈਜ਼ੀਲੀ ਮਿਲ ਜਾਂਦੀ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਸ਼ਬਦਾਂ ਨੂੰ ਦੁਬਾਰਾ ਦੁਬਾਰਾ ਯਾਦ ਕਰਨ ਦੀ ਜ਼ਰੂਰਤ ਹੁੰਦੀ ਹੈ? ਹਰ ਚੀਜ਼ ਹੌਲੀ ਹੌਲੀ ਸਾਡੇ ਚੇਤਿਆਂ 'ਚੋਂ ਹੇਠਾਂ ਆਉਂਦੀ ਰਹਿੰਦੀ ਹੈ, ਫਿਰ ਦੁਬਾਰਾ ਯਾਦ ਕਰਾਉਣਾ ਪੈਂਦਾ, ਓ ਮੈਂ ਆਪਣੇ ਆਪ ਲਈ ਬਹੁਤ ਇੰਪੋਰਟੈਂਟ ਹਾਂ। ਜਦੋਂ ਤੁਸੀਂ ਇੱਕ ਕੁੜੀ ਹੁੰਦੇ ਹੋ, ਇੱਕ ਮਾਂ ਹੁੰਦੇ ਹੋ, ਇੱਕ ਬਾਪ ਹੁੰਦੇ ਹੋ, ਇੱਕ ਪਾਰਟਨਰ ਹੁੰਦੇ ਹੋ, ਤਾਂ ਫਿਰ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਤੁਸੀਂ ਆਪ ਵੀ ਖੁਦ ਕੁਛ ਹੋ। ਔਰ ਉਹਨਾਂ ਚੇਤਿਆਂ 'ਚ ਭੁੱਲਦਿਆਂ ਵਿਸਰਦਿਆਂ ਤੁਹਾਨੂੰ ਦੂਜੇ ਬੰਦੇ ਦੀ ਲੋੜ ਪੈਂਦੀ ਹੈ। ਵੀ ਲੁੱਕ ਅਪੋਨ ਅਦਰਸ ਫੋਰ ਦ ਕੰਪਲੀਸ਼ਨ, ਅਸੀਂ ਦੂਜਿਆਂ ਵੱਲ ਵੇਖਦੇ ਹਾਂ। ਸਾਨੂੰ ਇਸ ਕਰਕੇ ਪਾਰਟਨਰ ਨਹੀਂ ਚਾਹੀਦਾ ਹੁੰਦਾ ਕਿ ਸਾਨੂੰ ਇੱਕ ਬਹੁਤ ਰੋਮੈਂਟਿਕ ਪਾਰਟਨਰ ਚਾਹੀਦਾ ਜ਼ਿੰਦਗੀ ਦੇ ਵਿੱਚ, ਸਾਨੂੰ ਪਾਰਟਨਰ ਇਸ ਕਰਕੇ ਚਾਹੀਦਾ ਹੁੰਦਾ ਬਹੁਤਿਆਂ ਲੋਕਾਂ ਨੂੰ, ਬਿਕੋਜ਼ ਵੀ ਫੀਲ ਲੋਨਲੀ, ਅਸੀਂ ਇਕੱਲਾਪਨ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਆਪਣੇ ਆਪ ਨੂੰ ਕੰਪਲੀਟ ਕਰਨ ਦੇ ਲਈ ਦੂਸਰੇ ਬੰਦੇ ਵੱਲ ਵੇਖਣਾ ਪੈਂਦਾ ਹੈ। ਜਾਣਦੇ ਹੋ ਰਿਸ਼ਤੇ ਕਿਉਂ ਟੁੱਟਦੇ ਨੇ? ਰਿਸ਼ਤੇ ਇਸ ਕਰਕੇ ਕਦੇ ਵੀ ਨਹੀਂ ਟੁੱਟਦੇ ਕਿ ਅਸੀਂ ਰਿਸ਼ਤਿਆਂ ਦੇ ਵਿੱਚ ਵਕਤ ਨਹੀਂ ਦਿੰਦੇ ਜਾਂ ਸਾਡੀ ਕੇਅਰ ਘੱਟ ਹੁੰਦੀ ਹੈ। ਤੁਹਾਨੂੰ ਪਤਾ ਰਿਸ਼ਤੇ ਕਿਉਂ ਮਰਦੇ ਨੇ? ਰਿਸ਼ਤੇ ਇਸ ਕਰਕੇ ਮਰਦੇ ਨੇ ਕਿਉਂਕਿ ਅਸੀਂ ਸੈਲਫ ਕੇਅਰ ਨਹੀਂ ਕਰਦੇ, ਅਸੀਂ ਆਪਣੀ ਖੁਸ਼ੀਆਂ ਦੇ ਲਈ ਆਪ ਜ਼ਿੰਮੇਵਾਰੀ ਨਹੀਂ ਲੈਂਦੇ, ਬਲਕਿ ਅਸੀਂ ਆਪਣੀਆਂ ਖੁਸ਼ੀਆਂ ਦੇ ਲਈ ਅਗਲੇ ਨੂੰ ਪੁੱਛਦੇ ਹਾਂ, ਅਗਲੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ। ਮੇਰਾ ਸਿਨੇਮਾ ਵੇਖਣ ਜਾਣ ਨੂੰ ਬੜਾ ਦਿਲ ਕਰਦਾ ਹੈ, ਮੈਂ ਫੋਨ ਕੀਤਾ, ਫਿਲਮ ਵੇਖਣ ਜਾਣਾ। ਮੈਨੂੰ ਅੱਗੋਂ ਜਵਾਬ ਦਿੱਤਾ ਕਿ ਫਿਲਮ ਵੇਖਣ ਜਾਣਾ ਮੇਰੇ ਕੋਲ ਟਾਈਮ ਹੀ ਨਹੀਂ ਹੈ, ਮੈਂ ਤਾਂ ਬਹੁਤ ਬਿਜ਼ੀ ਹਾਂ। ਔਰ ਮੇਰਾ ਦਿਲ ਟੁੱਟ ਗਿਆ ਅਤੇ ਮੈਂ ਸੋਚ ਲਿਆ ਕਿ ਅੱਜ ਤੋਂ ਬਾਅਦ ਇਸ ਬੰਦੇ ਨੂੰ ਬਿਲਕੁਲ ਵੀ ਨਹੀਂ ਕਹਿਣਾ ਕਿ ਫਿਲਮ ਵੇਖਣ ਜਾਣਾ। ਫਿਰ ਮੈਂ ਫਿਲਮ ਵੇਖਣ ਇਕੱਲੀ ਕਦੀ ਵੀ ਨਹੀਂ ਗਈ, ਫਿਰ ਉਸ ਤੋਂ ਬਾਅਦ ਮੈਂ ਆਪਣੀਆਂ ਸਹੇਲੀਆਂ ਨੂੰ ਫੋਨ ਕੀਤਾ, ਫਿਰ ਮੈਂ ਉਹਨਾਂ ਨੂੰ ਨਾਲ ਲੈ ਕੇ ਫਿਲਮ ਵੇਖਣ ਗਈ, ਕਿਉਂਕਿ ਮੈਨੂੰ ਆਪਣੇ ਨਾਲ ਸਾਥੀ ਚਾਹੀਦਾ। ਇਸ ਕਰਕੇ ਨਹੀਂ ਕਿ ਮੈਨੂੰ ਸਾਥ ਦੀ ਲੋੜ ਹੈ, ਕਿਉਂਕਿ ਮੈਨੂੰ ਇਕੱਲੇਪਨ ਤੋਂ ਡਰ ਲੱਗਦਾ ਹੈ। ਮੈਨੂੰ ਰੋਮੈਂਟਿਕ ਪਾਰਟਨਰ ਚਾਹੀਦਾ ਹੈ, ਮੈਨੂੰ ਸਾਥ ਚਾਹੀਦਾ ਹੈ। ਪਰ ਇਹਨਾਂ ਸਭ ਦੇ ਪਿੱਛੇ ਸਮਝਣ ਦੀ ਬੜੀ ਲੋੜ ਹੈ ਕਿ ਤੁਹਾਨੂੰ ਆਪਣਾ ਆਪ ਸਭ ਤੋਂ ਜ਼ਿਆਦਾ ਜ਼ਰੂਰੀ ਚਾਹੀਦਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਨਾ, ਤਾਂ ਤੁਸੀਂ ਦੂਸਰੇ ਨੂੰ ਵੀ ਪਿਆਰ ਕਰ ਸਕਦੇ ਹੋ। ਇਹ ਮੁਹਾਵਰਾ ਬੜਾ ਪੁਰਾਣਾ ਹੋ ਗਿਆ, ਮੈਨੂੰ ਤਾਂ ਘੱਟੋ ਘੱਟ ਜ਼ਿੰਦਗੀ ਦੇ ਵਿੱਚ ਕਰੋੜਾਂ ਵਾਰ ਹੀ ਮੇਰੇ ਆਲੇ ਦੁਆਲੇ ਦੇ ਲੋਕਾਂ ਨੇ ਕਿਹਾ ਹੋਣਾ, ਸੈਲਫ ਲਵ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ। ਲੋਕਾਂ ਨੂੰ ਮੁਹੱਬਤ ਕਰਨੀ ਛੱਡ ਦੇ, ਆਪਣੇ ਆਪ ਨੂੰ ਪਿਆਰ ਕਰ। ਜਦੋਂ ਤੁਸੀਂ ਇਹ ਸਮਝਣਾ ਸ਼ੁਰੂ ਕਰ ਦੋਗੇ ਨਾ, ਤਾਂ ਰਿਸ਼ਤੇ ਖੂਬਸੂਰਤ ਹੋ ਜਾਣਗੇ। ਫਿਰ ਕਿਸੇ ਦੇ ਨਾ ਕਹਿਣ ਦੇ ਉੱਤੇ ਦਿਲ ਨਹੀਂ ਟੁੱਟੇਗਾ, ਅੱਖਾਂ 'ਚੋਂ ਅੱਥਰੂ ਵੀ ਨਹੀਂ ਆਉਣਗੇ, ਕਿਉਂਕਿ ਤੁਸੀਂ ਸਮਝੋਗੇ ਕਿ ਚਲੋ ਮੇਰਾ ਆਪਣੇ ਆਪ ਦੇ ਨਾਲ ਹੀ ਬਹੁਤ ਜੀ ਲੱਗਦਾ ਹੈ। ਸੋ ਆਪਣੇ ਆਪ ਦੇ ਨਾਲ ਜੀ ਲਾਉਣ ਦੀ ਪੂਰੀ ਕੋਸ਼ਿਸ਼ ਕਰੋ। ਐਂਡ ਜਦੋਂ ਕੋਈ ਤੁਹਾਡੇ ਨਾਲ ਤੁਹਾਡਾ ਪਾਰਟਨਰ ਆਏਗਾ ਨਾ, ਤਾਂ ਉਹ ਇਸ ਕਰਕੇ ਨਹੀਂ ਆਏਗਾ ਕਿਉਂਕਿ ਤੁਸੀਂ ਆਪਣੀ ਇਕੱਲਤਾ ਨੂੰ ਖਤਮ ਕਰਨਾ ਹੈ। ਯੂ ਵਾਂਟ ਟੂ ਕਲੋਜ਼ ਯੂਅਰ ਹੈਪੀਨੈਸ, ਯੂ ਵਾਂਟ ਟੂ ਪੁੱਟ ਅ ਸਟੋਪ ਔਨ ਯੂਅਰ ਹੈਪੀਨੈਸ। ਉਹ ਆਏਗਾ ਕਿਉਂਕਿ ਉਹ ਤੁਹਾਨੂੰ ਭਰੇ ਹੋਏ ਨੂੰ ਐਕਸੈਪਟ ਕਰੇਗਾ। ਹੀ ਵਿਲ ਕੰਟਰੀਬਿਊਟ ਇਨ ਯੂਅਰ ਪ੍ਰੋਗਰੈਸ, ਉਹ ਤੁਹਾਡੀਆਂ ਸਾਰੀਆਂ ਤਾਕਤਾਂ ਨੂੰ ਐਪਰੀਸ਼ੀਏਟ ਕਰੇਗਾ, ਉਹ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਨੂੰ ਅਪਣਾਏਗਾ, ਔਰ ਉਹ ਤੁਹਾਨੂੰ ਕੰਪਲੀਸ਼ਨ ਦੀ ਅਹਿਸਾਸ ਦਵਾਏਗਾ। ਐਂਡ ਯੂ ਵਿਲ ਫੀਲ ਕੰਪਲੀਟ, ਯੂ ਵਿਲ ਨੈਵਰ ਫੀਲ ਲੋਨਲੀ, ਐਂਡ ਦੈਟ ਵਿਲ ਬੀ ਦਾ ਸਾਈਨ ਆਫ ਸੈਲਫ ਲਵ ਐਂਡ ਸੈਲਫ ਕੇਅਰ। ਅੱਜ ਤੋਂ ਹੀ ਸ਼ੁਰੂ ਕਰੋ, ਸੈਲੀਬ੍ਰੇਟ ਲਾਈਫ, ਲਾਈਫ ਇਜ਼ ਬਿਊਟੀਫੁਲ।